ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਸਵਾਗਤ ਕਰਦੇ ਹਾਂ ਤੁਹਾਡਾ ਸਿੰਧੂ ਬਲੌਗ 'ਚ। ਉਮੀਦ ਕਰਦੇ ਹਾਂ ਬਾਰੇ ਠੀਕ ਠਾਕ ਹੋਣਾ ਅਤੇ ਆਪਾਂ ਨੇ ਠੀਕ ਖਾਣਾ। ਜਦੋਂ ਦੇਖਿਆ ਸੀਗਾ ਰਾਤੀ ਆਪਾਂ ਮੋਰ ਗਏ ਲੇਡੀ ਨਾਲੇ ਪੁਆਇੰਟ 'ਤੇ ਗੱਡੀ ਆਪਣੀ ਹੋ ਗਈ ਲੋਡ ਆਪਾਂ ਕਰਨਾ ਰਹਿੰਦਾ ਅਤੇ ਰਾਤ ਤੱਕ ਬੰਦਾ ਵੀ ਦੇਖਣ ਆਪਣੇ ਮਿਲੇ ਨੇ ਜਿੰਨ ਮਿਲਣੇ ਆਪਾਂ ਨੇ ਦੋ ਤਿੰਨ ਘੰਟੇ ਵੀ ਕਰਨੀ ਹੈ। ਆਪਾਂ ਖੜ੍ਹੇ ਹਾਂ ਢਾਬੇ 'ਤੇ, ਉਹਦੇ ਸਾਹਮਣੇ ਢਾਬਾ ਆ ਛੋਟਾ ਜਿਹਾ, ਇੱਥੇ ਰਾਤੀ ਰੋਟੀ ਖਾਧੀ, ਇੱਥੇ ਖੜ੍ਹੇ ਹਾਂ। ਬਾਕੀ ਦੇਖਦੇ ਹਾਂ ਕੀ ਬਣਦਾ, ਕਦੋਂ ਮਿਲਦੇ, ਗੱਲ ਕਿੱਦਾਂ ਨਹੀਂ ਆਉਣਾ। ਚਾਹ ਚੂਹ ਪੀ ਲਈ ਆਪਾਂ ਨੇ, ਲੱਡੂ ਖਾ ਲਿਆ ਫਿਰ ਸਵੇਰੇ ਇੱਕ, ਅਤੇ ਫਿਰ ਬਿੱਲ ਬੁੱਲ ਲੈ ਕੇ ਚੱਲਦੇ ਹਾਂ, ਨਹਾਵਾਂਗੇ ਕਿਤੇ ਜਾ ਕੇ। ਪਹਿਲਾਂ ਤਾਂ ਹਾਲਾਤ ਬਹੁਤ ਮਾੜੇ ਆ ਦਾਜ 'ਚ ਇਸ ਕਰਕੇ, ਅਤੇ ਉਦੋਂ ਬਾਅਦ ਦੱਸਦੇ ਹਾਂ ਤੁਹਾਨੂੰ ਬਾਕੀ ਗੱਲ। ਅਤੇ ਤਰਪਾਲ ਪਾਤੀ ਆਪਾਂ ਅੰਦਰ ਖਾਣ, ਦੇਖ ਲਓ ਤਰਪਾਲ ਤਰਪੂਲ ਪਾਤੀ ਆਪਣੇ ਕੁੰਜ 'ਤੇ ਹੈ ਨਾ। ਅਤੇ ਇਸ ਵਾਰੀ ਰੱਸੇ ਥੱਲੇ ਖੜ੍ਹ ਕੇ ਖਿੱਚੇ ਸੀਗੇ ਉਹਨੇ ਪਿਰਤੂ ਨੇ, ਅਤੇ ਆਪਾਂ ਸੀਗੇ ਉੱਪਰ। ਅਤੇ ਪਿਰਤੂ ਵਾਲੀ ਗੱਡੀ ਵੀ ਦਿਖਾਉਂਦੇ ਹਾਂ ਤੁਹਾਨੂੰ ਪਿੱਛੋਂ, ਦੇਖ ਲਓ ਆ ਪਿਰਤੂ ਵਾਲੀ ਗੱਡੀ। ਰੱਸੇ ਖਿੱਚੇ ਦੋਨਾਂ ਗੱਡੀਆਂ ਦੇ ਪਿਰਤੇ ਨੇ ਥੱਲੇ ਖੜ੍ਹ ਕੇ, ਆਪਾਂ ਸੀਗੇ ਉੱਪਰ। ਅਤੇ ਇਹਨੇ ਪਿੱਛੇ ਪਾਈਆਂ ਦੂਜੀਆਂ ਗਾਂਢੀਆਂ, ਆਪਾਂ ਪਾਈਆਂ ਦੂਜੀਆਂ। ਅਤੇ ਬਾਕੀ ਦੇਖਦੇ ਹਾਂ ਪਹਿਲਾਂ ਮਿਲਦੇ ਬਿੱਲ ਬੁੱਲ, ਫਿਰ ਚੱਲਦੇ ਹਾਂ ਆਪਾਂ ਤੁਹਾਨੂੰ, ਅਤੇ ਮਿਲਦੇ ਹਾਂ ਆਪਾਂ ਤੁਹਾਨੂੰ ਥੋੜ੍ਹੀ ਦੇਰ ਤੱਕ, ਦੇਖਦੇ ਹਾਂ ਫਿਰ ਅਗਲੀ ਗੱਲਬਾਤ ਕੀ ਹੈ। ਲਓ ਜੀ, ਟਾਈਮ ਹੋ ਗਿਆ 11:55, ਅਤੇ ਬਿੱਲ ਆਪਾਂ ਨੂੰ ਹਜੇ ਮਿਲੇ ਨਹੀਂ। ਰੋਟੀ ਰੁਟੀ ਖਾ ਲਈ ਆਪਾਂ ਨੇ ਆਫਟਰ ਆਲ, ਮਿਲੋ ਫਿਰ ਨੌਜਵਾਨ ਨੂੰ। ਸਰੀ ਗੱਲ ਕਰਦੇ ਦੂਜਾ ਵਲੋਗ ਸ਼ੁਰੂ ਕਰਦਾ। ਹੈਲੋ, ਹਾਊ ਆਰ ਯੂ? ਹਾਊ ਆਰ ਯੂ? ਕੌਣ ਤੈਨੂੰ ਨਾ ਦੱਸਣਾ ਕੌਣ ਹੈ? ਗੱਡੀ ਆਪਣੀ ਰੈਡੀ ਰੈਡੀ ਆ, ਜਦੋਂ ਬਿੱਲ ਬਿੱਲ ਮਿਲੂਗੀ ਚੱਲ ਜਾਵਾਂਗੇ। ਮਿਲਦੇ ਹਾਂ ਪਤਾ ਨਾ ਥੋੜ੍ਹੀ ਦੇਰ, ਫਿਰ ਤਾਂ ਕਹਿੰਦਾ ਪਾ ਕੱਟੋ ਆਪਾਂ ਜਾਂਦੇ ਹਾਂ। ਲਓ ਜੀ, ਟਾਈਮ ਹੋ ਗਿਆ 11:55, ਅਤੇ ਰੋਟੀ ਰੁਟੀ ਆਪਣੇ ਖਾ ਲਈ ਆ, ਬਿੱਲ ਹਜੇ ਮਨ ਦੀ ਕੋਈ ਸਮਾਨ ਨਹੀਂ, ਗੱਡੀਆਂ 'ਤੇ ਕੱਪੜਾ ਰਗੜੀ ਜਾਂਦੇ ਆ। ਮੇਰਾ ਇੱਕ ਅਰਦਾਸ ਹੋਣਾ, ਹਾਂਜੀ, ਅੱਗ ਪੁੱਗ ਬੰਨ ਲੈਣੀ ਭਾਅ ਜੀ। ਹੈਂ? ਹਜੇ ਡਿਊਟੀ ਦਾ ਟਾਈਮ ਨਹੀਂ ਹੋਇਆ, ਆਫ ਡਿਊਟੀ ਆ। ਬਾਕੀ ਦੇਖਦੇ ਹਾਂ, ਤੀਜੀ ਗੱਡੀ ਸਾਡੇ ਜਿਹੜੀ ਨਾਲ ਸੀਗੀ ਉਹ ਭਰਦੀ ਪਈ ਆ, ਬਸ ਹੁਣ ਤਰਪਾਲਾਂ ਪਾਉਣ ਲੱਗੇ ਨੇ। ਤਰਪਾਲਾਂ ਤਰਪੂਲਾਂ ਪੈ ਜਾਂਦੇ ਨੇ। ਮੈਂ ਉਹਨੂੰ ਚਾਹ ਪਿਆ ਕੇ ਤੋਰਿਆ, ਮੈਂ ਕਿਹਾ ਜਾ ਭਰਾਵਾ ਤੀਜਾ ਤਰਪਾਲਾ ਪਾ ਗਿਆ, ਮੈਂ ਮੁੜ ਕੇ ਬਿੱਲ ਬੁੱਲ ਲੈ ਕੇ ਤੁਰੀਆ। ਮੈਂ ਤੇ ਨਹਾਉਣਾ, ਆਪਾਂ ਨੇ ਬਹੁਤ ਬੁਰੇ ਹਾਲਾਤ ਆ ਸਾਡੇ, ਪੁੱਛੋ ਕੁਛ ਨਾ। ਨਹੀਂ ਠੀਕ ਆ, ਕੋਈ ਦਿਨ ਤਾਂ ਅੱਜ ਭੈਣ ਦੇ ਵੀਰੇ ਚੌਥਾ ਚੱਲ ਗਿਆ ਹੈ ਨਾ, ਦਿਨ ਦਾ ਤਾਂ ਪੁੱਛੋ ਹੀ ਨਾ। ਨਹਾਉਣਾਂਗੇ, ਉਹਦਾ ਪਤੰਦਰ ਜੀ ਲਾ ਕੇ ਬਹਿ ਗਿਆ। ਕੌਣ? ਹੈਂ? ਉਹਦਾ ਤੀਜਾ ਹੈ ਨਾ। ਅਤੇ ਬਾਕੀ ਦੇਖਦੇ ਹਾਂ ਕੀ ਬਣਦਾ ਹੈ ਨਾ, ਅਜੇ ਤੱਕ ਤਾਂ ਬਿਲਟੀ ਮਿਲੀ ਨਹੀਂ। ਉਹ ਗੱਡੀ ਭਰੂਗੀ ਤਾਂ ਫਿਰ ਮੰਨ ਲਾਂਗੇ, ਅਤੇ ਉਹਨਾਂ ਚਿਰ ਅਸੀਂ ਕੱਪੜੇ 'ਤੇ ਕੱਪੜਾ ਰਗੜੀ ਜਾ ਰਹੇ ਗੱਡੀਆਂ। ਕਾਹ ਕਰ ਤੂੰ ਕਰ ਲਈਏ ਜੇ ਆਪਣਾ ਮੂੰਹ ਮੱਥਾ ਸਵਾਰਦੇ ਨਾ, ਸਵਾਰਨਾ ਤਾਂ ਪੈਂਦਾ ਹੀ ਆ ਠੀਕ ਹੈ ਨਾ। ਬਾਕੀ ਆਪਾਂ ਨੇ ਉਹ ਲੈਣੀ ਆ ਵੀਡੀਓ ਬਣਾਉਣ ਵਾਲਾ ਜਿਹੜਾ ਫੋਨ ਦੇ ਵਿੱਚ ਲੱਗਾ ਹੁੰਦਾ, ਆਪਣੇ ਤੋਂ ਹੈਗਾ ਸੀਗਾ, ਫੜ ਕੇ ਬਣਾ ਲਈ ਵੀ ਡੱਬਾ ਲੱਗ ਜਾਂਦੀ। ਇੱਕ ਉਹ ਵੀ ਹੁੰਦਾ, ਕਈ ਵੇਖੇ ਨੇ ਗੱਡੀਆਂ ਜਿਹੜੇ ਇੱਕ ਦੋ ਹੈਗੇ ਨੇ ਜਿਹੜੇ ਜੰਮੂ ਵਾਲ ਦੇ, ਉਹ ਐਡਾ ਕੁ ਡੰਡਾ ਜਿਹਾ ਲਈ ਫਿਰਦੇ ਨੇ। ਉਹੀ ਲੈ ਕੇ ਆਉਂਦੇ, ਲੈ ਕੇ ਆਈਏ ਇੱਥੇ ਮਾਰਕੀਟ ਵੀ ਹੈਗੀ ਆ। ਬਾਕੀ ਦੇਖਦੇ ਹਾਂ ਜਿਹੜੇ ਆਪਣੇ ਪੰਜਾਬ 'ਚ ਜਾ ਕੇ ਲਵਾਂਗੇ, ਇੱਥੇ ਆਪਾਂ ਨੂੰ ਪਤਾ ਨੀ। ਵੈਸੇ ਉਹ ਰਾਸਤਾ ਨੂੰ ਲਿਆਏ ਬਿਆਰੋਂ, ਸੱਤੂ ਨੂੰ ਲੈ ਕੇ ਦਿੱਤਾ, ਉਹ ਪਰ ਸ਼ਹਿਰ ਵੇਖ, ਸੱਤੂ ਟਰਾਂਸਪੋਰਟਰ ਨੇ ਲੈ ਕੇ ਦੀਆ, ਸਭ ਕੰਟੈਕਟ ਕਰੋ ਜੋ ਵੀ ਗਾੜੀ ਰਾਸਤਾ ਨੇ। ਮੈਂ ਕੱਲ ਨੂੰ ਹਿੰਦੀ 'ਚ ਬਲੌਗ ਬਣਾਉਣਾ ਆਪਾਂ ਨੇ ਇੱਕ, ਠੀਕ ਆ ਪਰ ਹਿੰਦੀ ਬੋਲਣੀ ਆਉਂਦੀ ਆ। ਹਾਂ, ਤੂੰ ਵਿੱਚ ਮਾਰੇਂਗਾ ਜਬਲ, ਆਪ ਕੈਸੇ ਹੋ ਸਰ? ਚੱਲ ਮੈਂ ਤਾਂ ਹਿੰਦੀ 'ਚ ਗੱਲ ਕਰਦਾ। ਬੋਲ, ਕੀ ਹਾਲ ਹੈ ਬਾਈ? ਬੜੀਆ ਬਾਈ। ਨਾਮ ਕਿਆ ਹੈ? ਨਾਮ ਕਿਆ ਆ? ਮੇਰਾ ਨਾਮ ਅਤਿਪਾਲ। ਹਿੰਦੀ 'ਚ ਬਣਾ ਰਹੇ ਪਰਤ ਕੁਮਾਰ ਕੇ, ਐਵੇਂ ਵਿੱਚ ਕੁਮਾਰ ਜੀ ਗਏ। ਤੇ ਉਹ ਬਾਈ ਕਲਾਕਾਰ ਨੂੰ ਮਿਲਾਵਾਂਗੇ ਤੁਹਾਨੂੰ ਥੋੜੇ ਕੁ ਦਿਨਾਂ ਤੇ। ਕਲਾਕਾਰ ਆ ਰਿਹਾ ਹੋਣਾ ਸਾਜ ਵਾਜ ਇਕੱਠੇ ਕਰਕੇ, ਉਹ ਗਿਆ ਸੀਗਾ ਰੰਗਾਬਾਦ ਮਹਾਰਾਸ਼ਟਰ 'ਚ, ਤੇ ਉਹ ਬੇਮੌਸਮਾ ਹੀ ਆ। ਸਹੀ ਗੱਲ ਆ, ਉਹ ਜਿੱਧਰ ਨੂੰ ਮਰਜ਼ੀ ਜਾ ਸਕਦਾ, ਆਲਰਾਊਂਡਰ ਬੰਦਾ ਉਹ। ਤੇ ਆਪਾਂ ਸੀਜ਼ਨ ਦੇ ਡੱਡੂ, ਜਿੱਥੇ ਜਿੱਥੇ ਮੀਂਹ ਪਵੇ ਉੱਥੇ ਗੁੱਡਰ ਗੁੱਡਰ ਕਰੀ, ਉੱਥੇ ਗੁੱਡਰ ਗੁੱਡਰ ਕਰੀਦਾ ਆਪਾਂ ਨੇ, ਆਪਾਂ ਨੂੰ ਉਹ ਕੋਈ ਨਹੀਂ। ਤੇ ਚਲੋ ਮਿਲਦੇ ਹਾਂ ਆਪਾਂ ਤੁਹਾਨੂੰ ਫਿਰ, ਬਿੱਲ ਬੁੱਲ ਲੈ ਕੇ ਜਾਂ ਜਿੱਦਾਂ ਉਹ ਆ ਜਾ, ਕਰ ਲਈਏ ਜਗਾੜ ਚੈੱਕ ਕੀ ਤੈਨੂੰ ਦੱਸਦਾ। ਹਾਂ, ਨਹੀਂ ਹਜੇ ਆਪਾਂ ਨੂੰ
लेकिन आ जिहड़ा मुंडा आ निक्का जिहा इधर देख कैमरे में यह मुंडा है सिद्धू मूसेवाले का बहुत ज्यादा फैन देख लो बाई के नाम बने हुए राजस्थान च बैठे ना गुजरात का बॉर्डर इतों कितना रह गया गुजरात का बॉर्डर इतों डेढ़ डेढ़ घट आ समेरपुर के नाल तो है जोधपुर को 100 किलोमीटर इतों समेरपुर जोधपुर 100 to 150 अगर बॉर्डर नैट इतों है 350 किलोमीटर 350 किलोमीटर गुजरात बॉर्डर है इतों लड़का सुना तू बच्चा नाम क्या तेरा लोकेश भाई लोकेश नाम है मुंडे का गाना सुनाऊगा भाई नहीं तो रास्ता नहीं गाना सुना दे ओ नहीं मूसेवाले का सुनाऊगा मूसेवाले का सुना शेर मूसेवाला मरदा ते पेंदी रहंदी है तमिना तो तोरी है सवार रहंदी है हाय रे रास्ते 295 मिनट घंटो रेट मिनोगी इट कंट्रोल सिगरेट मिनोगी थरब दिना में सिगरेट मिनोगी हाय रे रास्ते 295 मिनट बाकी मंजे आप डाए इधर बारी वर्ग तरथा जी फोन पहले वीडियो कॉल करते हैं मैं भी बना रहा ब्लॉग ते ब्लॉग आप बनाई जाने इधर बैठे बेल अपन ले इससे अच्छा तो मुझे भी आता है तू सुना आ जा तू सुना आ था तुम बैठे बैठे वीडियो नहीं वीडियो नहीं तेरे को प्रमोट कर रहे हैं तेरे को लाखों दुनिया देख रही गलत थोड़ा बोलेगा यूट्यूब पे आएगा ते चलो मिलते हैं अपन चाह चुपी हाँ जी टाइम हो गया 5:32 तो 37 तो आप खड़े उत्थे अजे बेल्टी मिली नहीं गई बेल्टी मिलेगी तो फिर चलेंगे आप टाइम भी बहुत लाता इन्होंने पंजाबा चलना नहाते हैं नहीं आप एक बार भी जाके नहाने कितने जो बिल दे रहे टाइम ना हम सवेर में नहावे धुप्पे का तुम्हें पता बहर कि पानी मिलता धुप्पा बाकी देखते हैं बाकी बनता अगे जाके दसते हैं तो गड्डी अपनी स्टार्ट करती है मुंडे की गर्म हो जाएगी तो मिलते हैं आप थोड़ी देर तक गड्डी चलूगी जो मिलेंगे तो जी मिल के बिल बुल लगे चलन आप 6:19 हो गया टाइम आई एम रेडी गड्डी गुड्डी अपने करती हिसाब के हिसाब से बाकी देखते हैं हम अगे जाके चाह चो बनाएंगे तो शीशे में भी कुछ भी नहीं रहा इधरले शीशे ना आप फिल्म लहा के थोड़ी डाउन लवा लेनी तो बाकी इतने आप लेट कोई कारण बन गया तुम दसागे अगे जाके चलो मिलते हैं तुम हम अगे जा कचेरे तो कचेरा खजवाना मुंडवा तो इतों आप जाना नगौर इतों आप 1-1.5 किलोमीटर तो जाके मुड़ जाना ड्राइवर साइड तो एक अपना यार आ पट्टी 76 वाला लद्याने तो फ्रॉम बहुत खतरनाक कमेंट करता पट्टी हट जाए कमेंट करना तू तो दाती गल फिर मैं तो बाकी फिर तो नहीं आ रहा अपने पिछे पिछे आप जा रहे अगे अगे रोटी रोटी खावे आप नगौर जाके 8:30 रोटी खा लेनी आप टाइम ना रोटी खाधी हो नींद नूंद नहीं होनी बंदे होर तो उत्थे की आ बाकी कोई ऐसी दिक्कत भी नहीं राती भी तुम पता 12 बजे तरपाला पहुँच लगे 2 गड्डिया है 2:30 बजे तरपाला पाइया 3-3:30 बजे सुते 8 बजे उन्होंने फिर ठालते इस करके दिन तुम पता सौ नहीं होंगे तो करके नींद जो है टाइम में रोटी खाधी होगी नींद नहीं आऊगी बाकी उत्थे अपना व्यापारी ना पै गया थोड़ा जिहा चक्कर व्यापारी ने अपनिया गड्डिया मंगाइया सीगियां दोने बठिंडा वास्ते बठिंडे वास्ते तो आपां नूं भरम तक वह बंदा कहिंदा रहा भी दोने गड्डिया बठिंडा जाणगियां
फिर जो गड्डिया भर गई अपने वाली का बिल बनया तेरा बठिंडे का तरते वाली गड्डी का बिल बना हरियाणे का ही क्या खाली कर ला तो भरावा अं नहीं जाना फिर तुम पता ट्रांसपोर्टर बिच करा के फोन कर करा के पता की चक्कर होंगे जब व्यापारी ने गड्डी सद ली ट्रांसपोर्टर कहता बठिंडा वास्ते दो गड्डिया भेज दे ट्रांसपोर्टर ने तो अपन उही स्टेशन दसना जो व्यापारी ने कहा उन्हें ट्रांसपोर्टर ने सूँ कहा बठिंडा वास्ते दो गड्डिया लिया आप आ गए इतने व्यापारी ने गड्डी भरन तक करी गया बठिंडा 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 जो गड्डी भर गई शाम को अगले दिन ठीक है कह रहा कि गड्डी जाऊगी ढी एक लुधियाने फिर ये दिक्कत किनू आती है व्यापारी तो गड्डी वाले बहस कौन करता व्यापारी तो गड्डी वाला ये अपना व्यापारी व्यापारी तो गड्डी वाला कहता सॉरी ट्रांसपोर्टर तो गड्डी वाला व्यापारी तो अपना साइड तो हो जाता व्यापारी आप ट्रांसपोर्टर कहने ट्रांसपोर्टर व्यापारी कहता व्यापारी ट्रांसपोर्टर कही जाता गलत गल है वैसे इन्होंने वास्ते कि जे आप ज्यादा ए कह के लाओ गड्डी चांस दे कि लुधियाने भी जा सकती बठिंडे भी जा सकती पर लोगों का बुरा हाल आ किसी आप कुछ कह नहीं सकते इस करके तो बाकी चलो देखने अगे जाके की बनता व्यापारी ने अपने ना बहुत मगजमारी की नंबर दो बिल भी अपने छे दिते बंदे तो एक गड्डी अपने ना बाइया की होर आर ने अपने नाल ही जाना बठिंडे तो वो बेचारा समा कहता ही कहना मैंने लुधियाने का माल मिल जाए उन्हें मिलया नहीं उन्हें अपने नाल ही जाना बठिंडे चलो तो कोई दिक्कत नहीं पर गांह वास्ते अगल आ गई आप इन्ने क मतलब कि व्यापारी की तसली करा गए ट्रांसपोर्टर ये कोई कसूर नहीं गा हूँ वह भी की करे जो व्यापारी ने उन्होंने कहता तो चलो मिलते हैं आप अगे जा के आ गए आप गौर वाले रोड से भुख लगी हुई है दस हूँ रोटी रोटी खावे अगले ढाबा लभ गए जा रहे अपने तू कई ला रहा देखो की करता हूँ इतों ही रोटी खा लैनी पाने बाकी पुछते हैं की कहता दस रहे फिर तुम आप अगली गलबात गाती सैड तो डापा भी ला लीए दस जी मिलते हैं अपना रोटी रोटी खा के लग जू बच लग जू अज ही गल कड़ी आ देखी कद भरावा जिंदा भी नहीं इधर तो चलो खड़काने टैर टुर देखते हैं कि सलाह है अगले ने बठिंडा कह के लुधियाने मारे चाके बंदा करके अरे फैक्ट्री तो हम फिर बहुत कलेश होया ना चलो खड़कोने टूर आप देखते हैं फिर बहुत मड़ी हुई उठी रोटी रोटी खा ली अपने इधर मिलो बाई नू ठीक ठाक है बेटा तीन बंद खा ली अच्छा रोटी खान लगे यार खान पीन च काली ना रोटी अपने चलो हम आप रोटी रोटी खा ली चाह पीने चलते आई ने हम सौ जाना आई ने गड्डी चलानी आई ने जिस हिसाब से रोटियां खादिया कहूगा सौन बाकी बाकी तुम ब्लॉग च दसागे बंदा कहता सू कि नहीं क्यों जी अगे जाके दस देना सरदार साहब बाकी टाइम दसूगा इतने गोह तो इतने गोह का मैदान वो तो मैं नहीं मूह कहना सौन वो तो अपनी आप पे सुख में अगे चढ़ हा रतनगढ़ वाले रोड दे टिब्बिया दे विच तू रहना मगर मैं कहना रलदा नहीं पिया तू कहना ला के पासे सौ चलो मेरा दसागे फिर तुम पसंद बंदा कि नहीं
ਆ ਗਿਆ ਆਪਾਂ ਚੱਲ ਪਏ ਇੱਥੋਂ ਤੇ ਕੰਮ ਲੈਣਾ ਸਿੱਟਿਆ ਗੱਲਬਾਤ ਜੈਸਾ ਬਾਕੀ ਆਪਣੀ ਨਾ ਡਰਾਈਵਰ ਸਾਈਡ ਦੀਆਂ ਰਕਾਬਾਂ ਢਿੱਲੀਆਂ ਆ ਆਪਾਂ ਪਟਾ ਟੁੱਟ ਗਿਆ ਸੀ ਪਟਾ ਪਵਾਇਆ ਸੀ ਅਤੇ ਉਹਦੇ ਕਾਰਨ ਟਾਇਰ ਲੱਗ ਰਿਹਾ ਨਾਲ ਰਕਾਬ ਦੇ ਉਹ ਟੂਲ ਟੈਕਸ 'ਤੇ ਲਾ ਕੇ ਰਕਾਬ ਕੱਸਾਂਗੇ ਆਪਾਂ ਇੱਧਰ ਵਾਲੀ ਪਾਨਾ ਹੈ ਆਪਣੇ ਤੋਂ ਅਤੇ ਫਿਰ ਟਾਇਰ ਨਹੀਂ ਲੱਗੂਗਾ ਨਾਲ ਬਾਕੀ ਤੁਸੀਂ ਦੱਸੋ ਕਿੱਦਾਂ ਬਾਈ ਸਾਰੇ ਠੀਕ ਠਾਕ ਹੋ ਲਾਹਣ ਨੂੰ ਲੈ ਕੇ 99 ਕਿਲੋਮੀਟਰ 89 ਅਤੇ ਜਾਂਦੀ ਸਕਾਰਪੀਓ ਸ਼ੂਗ ਦੀ ਕਹਿ ਲਿਆ ਮੇਰੇ ਹੱਥ ਛੁੱਟਲਾ ਸਾਡੇ ਕੋਲ ਵੀ ਆ ਅਤੇ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਇੰਨਾ ਮਤਲਬ ਨਾ ਇੱਦਾਂ ਮਾੜਾ ਮਾੜਾ ਖਿੰਦਾ ਨਾਲ ਫਿਰ ਕਾਪਾ ਕੱਸ ਦਾਂਗੇ ਜਦੋਂ ਖੜ ਜੂਗਾ ਲੱਗਣੋ ਨਾਲ ਅਤੇ ਮਿਲਦੇ ਹਾਂ ਆਪਾਂ ਤੁਹਾਨੂੰ ਟੂਲ 'ਤੇ ਜਾ ਕੇ ਕੱਸਦੇ ਹਾਂ ਰਕਾਬਾਂ ਦਵਾਂਗੇ ਤੁਹਾਨੂੰ ਪਹੁੰਚ ਗਏ ਟੂਲ ਟੈਕ 'ਤੇ ਲੱਗਿਆ ਰਕਾਬਾਂ ਕੱਸਣ ਅਤੇ ਹੋਰ ਮੈਨੂੰ ਲਿਆਉਂਦੇ ਸਾਡੇ 'ਚ ਬਹਿ ਰੱਖਾਂ ਗੱਡੀਆਂ ਦੇਖ ਲਓ ਐਂ ਟੂਲ ਟੈਕ 'ਤੇ ਆ ਰਹੀਆਂ ਚਿੱਟੀਆਂ ਚਿੱਟੀਆਂ ਕਿਹੜੀ ਗੱਲ ਆ ਇੱਥੇ ਰੱਖ ਉਹ ਬੰਦ ਕਰ ਨਾ ਮਾਰ ਡਿੱਪਰ ਅਤੇ ਪੂਰੀ ਗੱਲਬਾਤ ਲੱਗ ਰਹੀ ਆ ਰੀਲ ਬਣਾਉਂਦੇ ਹਾਂ ਇੱਕ ਅਤੇ ਤੁਹਾਨੂੰ ਮਿਲਾਉਂਦੇ ਹਾਂ ਜਾ ਕੇ ਪਿਰਥੂ ਨਾਲ ਲੈਟ ਤਾਂ ਦੇਖ ਲਓ ਗੱਡੀ ਲੱਗੀ ਆ ਫੋਰਮੈਨ ਸਾਹਿਬ ਪਾਨਾ ਹੈ ਆਪਣੇ ਪਾਸ ਹਾਂਜੀ ਮੇਰਾ ਤਾਂ ਹੈਗਾ ਮੈਨੂੰ ਸੀਟ ਪੱਟਣੀ ਪੈਣੀ ਮੈਂ ਕਿਹੜਾ ਜੇਬ ਚ ਪਈ ਫਿਰਦਾ ਮੈਂ ਵੀ ਸੀਟਾਂ ਜੀ ਰੱਖਿਆ ਚਾਦਰ ਚੁਰ ਵਿਛਾਈ ਦਿਲਾਂ ਵਾਲੀ ਫਿਰ ਦਿਲ ਟੁੱਟ ਜਾਣਗੇ ਤੇ ਉਹ ਇੱਕ ਗੱਡੀ ਆਪਣੇ ਨਾਲ ਬਾਈਆਂ ਦੀ ਦੇਖ ਲਓ ਉਹ ਵੀ ਗੱਡੀ ਨਹੀਂ ਅਕਸ਼ੇ ਦੇਖ ਲਾ 16-12 16-15 ਹੀ ਆ ਸਾਡੇ ਨਿੰਨਾ ਹੀ ਮਾਲ ਪਈ ਫਿਰਦੀ ਆ ਅਤੇ ਕੱਸਨੇ ਆਪਾਂ ਰਕਾਬਾਂ ਪੂਰਾ ਨਜ਼ਾਰਾ ਲੈਟ ਦੇ ਵਿੱਚ ਵੀਡੀਓ ਬਣਾਉਂਦੇ ਰੀਲ ਇੱਕ ਪਾਨਾ ਕੱਢ ਰਕਾਬ ਦਿਖਾਉਣੀ ਲਿਖਿਆ ਕੋਈ ਤਾਂ ਮੰਨ ਜੋ ਜੀ ਹੋਰ ਨਹੀਂ ਕੋਈ ਮੰਨਣੀ ਆਪਣੀ ਸ਼ਕਲ ਵਾਲ ਦੇਖ ਉਹ ਬੁੱਢਾ ਥੇਰਾ ਹੋ ਗਿਆ ਸ਼ਰਮ ਨੂੰ ਹੱਥ ਮਾਰ ਭਾਬੀ ਆ ਦੇਖ ਲਾ ਕਿੱਦਾਂ ਦੀਆਂ ਗੱਲਾਂ ਕਰਦਾ ਆ ਕੋਈ ਗੱਲ ਨੀ ਮਰਦ ਦੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਇੱਥੇ ਨਾ ਹੁਣ ਟੇਬਲ ਆ ਰਹਿਣੀ ਚਿੱਟੀ ਬਾਜੀ ਦਿਸਣ ਗੱਲੇ ਨਾ ਨਾ ਤੇ ਚਲੋ ਤੁਹਾਨੂੰ ਦਿਖਾਉਂਦੇ ਆ ਰਕਾਬਾਂ ਜਿਹੜੀਆਂ ਆਪਣੀਆਂ ਢਿੱਲੀਆਂ ਹੋਈਆਂ ਕੱਢੀ ਯਾਰ ਪਿਰਥੂ ਬਾਈ ਪਾਨਾ ਪਾਨਾ ਕੱਢੀ ਵੀਰ ਆਹ ਦੇਖੋ ਚੱਲ ਹੋ ਗਿਆ ਠੀਕ ਆ ਮਿਸਤਰੀ ਨੇ ਕੀਤਾ ਜਿੰਨਾ ਕੀਤਾ ਭਰੀ ਗੱਡੀ ਤੇ ਕੰਮ ਕਰਾਉਣਾ ਚਾਹੀਦਾ ਹੁਣ ਤਾਂ ਚੱਲ ਮਾੜਾ ਜਾ ਵਾ ਠੀਕ ਆ ਕੋਈ ਏਡੀ ਖਾਸ ਗੱਲ ਨਹੀਂ ਪਰ ਜੇ ਵਾਧੇ ਰਕਾਬਾਂ ਜ਼ਿਆਦੀਆਂ ਢਿੱਲੀਆਂ ਫਿਰ ਕੀ ਕਰੇਗਾ ਕਈ ਵਾਰ ਗੱਡੀ ਝੋਲ ਹੀ ਲੈ ਜਾਂਦੀ ਹੈ ਚੱਲ ਲੈ ਆ ਹੁਣ ਹਾਂ ਬੰਦਾ ਤੂੰ ਉਸਤਾਦ ਜ਼ਿਆਦਾ ਸ੍ਰੀ ਗੱਲ ਉਸਤਾਦ ਕੋਟੇ ਵਾਲਾ ਉਸਤਾਦ ਜੀ ਉਸਤਾਦ ਮੁੰਡਾ ਲੱਗਿਆ ਹੋਇਆ ਹੈ ਕੰਮ ਮਫਰਲ ਪਾਏ ਹੋਏ ਨੇ ਹੈ ਕੀ ਬਾਤਾਂ ਨੇ ਪਰਾਂ ਨੂੰ ਹੋ ਕੇ ਬਹਿ ਬੜਾ ਆ ਪੁੱਤ ਕੱਸਣੀਆਂ ਪੈਣੀਆਂ ਨੇ ਰਕਾਬਾਂ ਰਕੂਬਾਂ ਪੜਨੇ ਲਈਆਂ ਕੱਸ ਤੇ ਆ ਖੜੀ ਪਿਰਤੂ ਈਡੀ ਪਿਰਤੂ ਤੋਂ ਰਿਹਾ ਹੱਥ ਤੇ ਬਾਈ ਨੇ ਜਗਾੜ ਲੋ ਕੀ ਲਾਇਆ ਇਧਰ ਇਹ ਹੈਗੀ ਆ ਬਾਈ T4 ਟੈਪ ਓਕੇ ਹਾਂ ਜਿਹਨੂੰ ਪੰਜਾਬੀ ਕਹਿੰਦੇ ਨੇ 2D ਅੱਛਾ T4 2D ਇਧਰ ਦੂਸਰਾ ਵਾਸ਼ ਵਾਸ਼ ਸਾਬਣ ਸੁਪਰ ਰੱਖੋ ਓਕੇ ਓਕੇ ਤੇ ਆਪਾਂ ਹੁਣ ਰੀਲ ਬਣਾ ਲਈਏ ਜੀ ਹੈ ਰੀਲ ਬਣਾ ਲਈਏ ਕਿਆ ਰੀਲ ਜੋਗੇ ਹੋ ਤਾਂ ਜਾਈਏ ਇੱਕ ਮਿੰਟ ਬਣਾ ਆਪਾਂ ਬਣਾਉਂਦੇ ਆ ਰੀਲ ਕਿਆ ਖੜਾ ਬਾਈ ਆਪਣਾ ਆੜੀ ਉਹ ਖੜੀ ਬਾਈ ਦੀ ਗੱਡੀ